ਸਤਿ ਸ਼੍ਰੀ ਅਕਾਲ ਨਵੇਂ ਵਲੌਗ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਸਾਡਾ ਚੈਨਲ ਪੰਜਾਬੀ ਟਰੈਵਲ ਕਪਲ ਤੇ ਅਸੀਂ ਆ ਦੁਬਈ ਦੁਬਈ ਘੁੰਮ ਰਹੇ ਹਾਂ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਇਹੋ ਜੀ ਮਾਰਕੀਟ ਜਿਹੜੀ ਤੁਸੀਂ ਕਦੇ ਨਹੀਂ ਦੇਖੀ ਹੋਣੀ ਸੋਨੇ ਦਾ ਬਾਜ਼ਾਰ ਮਤਲਬ ਸੋਨੇ ਦੀ ਮਾਰਕੀਟ ਇੱਕ ਦੁਕਾਨ ਦੇਖੀ ਹੋਣੀ ਦੋ ਦੁਕਾਨਾਂ ਦੇਖੀ ਹੋਣੀ ਇਕੱਠੀਆਂ ਪਰ ਬਾਜ਼ਾਰ ਨਹੀਂ ਦੇਖਿਆ ਹੋਣਾ ਦੁਬਈ ਦਾ ਅਸਲ 'ਚ ਨਾਮ ਆਉਂਦਾ ਜ਼ਿਕਰ ਆਉਂਦਾ ਤਾਂ ਸ਼ੇਖ ਯਾਦ ਆ ਜਾਂਦਾ ਕਿਉਂਕਿ ਸ਼ੇਖਾਂ ਦੇ ਇਹਨਾਂ ਦੇ ਘਰੇ ਟੂਟੀਆਂ ਵੀ ਸੋਨੇ ਦੇ ਲੱਗੀਆਂ ਹੋਈਆਂ ਇੱਥੇ ਇਹਨਾਂ ਦੁਬਈ 'ਚ ਸੋਨਾ ਕਿਉਂ ਹੁੰਦਾ ਤੇ ਇੰਨਾ ਸਸਤਾ ਕਿਉਂ ਹੈ ਇੰਡੀਆ ਨਾਲੋਂ ਕਿੰਨਾ ਸਸਤਾ ਹੈ ਤੇ ਕਿੰਨਾ ਇੰਡੀਆ ਹਾਂ ਸਾਰਾ ਕੁਝ ਅੱਜ ਦੇ ਵਲੌਗ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਇਹਨਾਂ ਜਿਹੜਾ ਗੋਲਡ ਸੂਕ ਹੈ ਦੁਬਈ ਦੇ ਦੇਰੇ ਏਰੀਆ 'ਚ ਪੈਂਦਾ ਇਹ ਲਿਖਿਆ ਗਿਆ ਗੋਲਡ ਸੂਕ ਗੋਲਡ ਸੂਕ ਮੈਨੇ ਅਰਬੀ ਭਾਸ਼ਾ ਦਾ ਸ਼ਬਦ ਹੈ ਸੂਕ ਸੂਕ ਮੈਨੇ ਹੁੰਦਾ ਬਾਜ਼ਾਰ ਗੋਲਡ ਮਤਲਬ ਸੋਨੇ ਦਾ ਬਾਜ਼ਾਰ ਤੇ ਇਹ ਆ ਗਿਆ ਪੂਰਾ ਸੋਨੇ ਦਾ ਬਾਜ਼ਾਰ ਇੱਥੇ ਸੋਨੇ ਦੀਆਂ ਦੁਕਾਨਾਂ ਤੁਹਾਨੂੰ ਕੱਲੀ ਕੱਲੀ ਸ਼ੌਪ ਤੇ ਲੈ ਕੇ ਜਾਵਾਂਗੇ ਕੱਲੀ ਕੱਲੀ ਤੁਹਾਨੂੰ ਦੁਕਾਨ ਦਿਖਾਵਾਂਗੇ ਕਿੱਥੇ ਕਿੰਨਾ ਸੋਨਾ ਪਿਆ ਕਿੰਨਾ ਸਸਤਾ ਸੋਨਾ ਇਹਨਾਂ ਸਾਰੀਆਂ ਸੋਨੇ ਦੀਆਂ ਸ਼ੌਪਸ ਨੇ ਆਹ ਦੇਖੋ ਯਾਰ ਇਹ 'ਚ ਨਾ 18 ਕੈਰੇਟ 22 ਕੈਰੇਟ 24 ਕੈਰੇਟ ਅਲੱਗ ਅਲੱਗ ਸੋਨਾ ਜਿਵੇਂ ਤੁਹਾਨੂੰ ਚਮਕ ਦਾ ਫਰਕ ਦਿਖੀ ਜਾਂਦਾ ਨਾ ਉਹਦਾ ਤੇ ਇਹਦਾ ਹੇਠਾ ਚਮਕ ਦਾ ਫਰਕ ਹੈ ਉਸੇ ਤਰ੍ਹਾਂ ਮਤਲਬ ਸੋਨੇ ਦਾ ਫਰਕ ਹੈ ਅੰਦਰ ਦੇਖੋ ਤੇ ਸ਼ੇਖਾਂ ਦੀ ਦੁਕਾਨ ਹੈ ਸੋਨਾ ਹੀ ਸੋਨਾ ਪਿਆ ਹੈਗਾ ਇੱਧਰ ਜਿਵੇਂ ਆਹ ਦੇਖੋ ਇਹ ਨਾ ਸੋਨੇ ਦਾ ਮਤਲਬ ਬਾਡੀ ਲਈ ਪੂਰਾ ਜਾਲ ਬਣਾਇਆ ਹੋਇਆ ਹੈ ਸੋਨੇ ਦਾ ਹੈਗਾ ਸਾਰਾ ਸੂਟ ਹੈ ਹਾਂ ਸੂਟ ਆ ਖੁਸ਼ੀ ਕਹਿੰਦੀ ਹੈ ਸੂਟ ਹੈ ਪਰਸ ਇਹ ਨਾ ਸਾਰੀ ਸੋਨੇ ਦੀ ਪੂਰੀ ਲੱਦੀ ਹੋਈ ਹੈ ਸ਼ਾਪ ਤੇ ਮੈਂ ਖੁਸ਼ੀ ਹੈ ਤਾਂ ਕੋਈ ਡਾਕਾ ਡੁੱਕਾ ਨਹੀਂ ਮਾਰਦਾ ਯਾਰ ਆਪਣੇ ਇੱਧਰ ਦੇਖੋ ਯਾਰ ਵੀ ਸੋਨੇ ਦੀਆਂ ਐਨਕਾਂ ਪਈਆਂ ਤੇ ਬੁਰਕਾ ਕਿੱਥੇ ਪਿਆ ਅੱਛਾ ਬੁਰਕਾ ਅੱਛਾ ਉਹ ਜਿਹੜਾ ਗਲ ਤੇ ਲਾਇਆ ਹੈ ਤੇ ਮਾਸਕ ਕਰੋਨਾ ਕਰਕੇ ਦੇਖ ਲਓ ਮਾਸਕ ਵੀ ਆਉਣ ਲੱਗੇ ਸੋਨੇ ਦੇ ਅੱਜ ਮੈਂ ਪੁਰਾਣੇ ਰਾਜਿਆਂ ਦੇ ਪਾਇਆ ਹੁੰਦਾ ਸੀ ਨਾ ਉਹ ਟਾਈਪ ਦਾ ਹੈਗਾ ਸਹੀ ਗੱਲ ਹੈ ਆ ਨਿੱਕਾ ਜਿਹਾ ਪਰਸ ਹੈ ਦੇਖੋ ਪਰਸ ਪਿਆ ਤੇ ਨਾਲ ਜੁੱਤੀ ਪਈ ਹੈ ਗੋਲਡ ਦੀ ਤੇ ਹਾਰ ਪਈ ਆਹ ਦੇਖੋ ਆਹ ਪੂਰੇ ਹੀ ਸੋਨਾ ਹੋਊ ਯਾਰ ਕੁਛ ਮੈਨੂੰ ਲੱਗਦਾ ਕੱਪੜਾ ਕੱਪੜੇ ਜਿਹੜਾ ਹੈ ਇਹ ਤੋਂ ਇਲਾਵਾ ਨਾ ਥੱਲੇ ਵੀ ਸਮਾਨ ਆਇਆ ਦੇਖੋ ਹਾਰ ਹੂਰ ਕਿੱਡੇ ਕਿੱਡੇ ਪਏ ਹੈ ਤੇ ਸਸਤਾ ਹੈਗਾ ਸੋਨਾ ਆਪਣੇ ਨਾਲੋਂ ਇੱਥੇ ਕਾਫੀ ਜ਼ਿਆਦਾ ਕਿਉਂਕਿ ਦੁਬਈ 'ਚ ਨਾ ਇੰਨੀਆਂ ਚੀਜ਼ਾਂ ਐਕਸਪੈਂਸਿਵ ਨਹੀਂ ਜਿਵੇਂ ਪਹਿਲਾਂ ਤੁਹਾਨੂੰ ਮਤਲਬ ਦੱਸਿਆ ਆਈ ਹੋਈ ਫੋਨ ਵੀ ਏ ਟੂ ਜੈਡ ਚੀਜ਼ ਸਸਤੀ ਹੈ ਇੱਥੇ ਅਤੇ ਬਹੁਤੇ ਜ਼ਿਆਦਾ ਐਕਸਪੈਂਸਿਵ ਨਹੀਂ ਇੰਡੀਆ ਨਾਲੋਂ ਫਰਕ ਹੋਊ ਮੇਰੇ ਖਿਆਲ 'ਚ 5-6 ਹਜ਼ਾਰ ਰੁਪਏ ਦਾ 5 ਤੋਂ 6 ਹਜ਼ਾਰ ਰੁਪਏ ਦਾ ਫਰਕ ਹੋਊ ਸੋਨੇ ਦਾ ਪਤੋਲੇ ਮਗਰ ਅਤੇ ਆਹ ਦੇਖੋ ਅੰਦਰ ਦੇਖੋ ਯਾਰ ਅੰਦਰ ਕਿੰਨੀ ਦੁਕਾਨ ਲੱਦੀ ਪਈ ਹੈ ਸਾਰੀ ਸੋਨੇ ਦੀ ਹੈਗੀ ਅੰਦਰੋਂ ਵੀਡੀਓਗ੍ਰਾਫੀ ਵਲੋਗਿੰਗ ਕਰਨੀ ਹੁੰਦੀ ਇੰਨਾ ਸੋਨਾ ਪਹਿਲਾਂ ਰਾਜੇ ਮਹਾਰਾਜਿਆਂ ਕੋਲ ਦੇਖਦੇ ਹੁੰਦੇ ਸੀ ਵੀ ਉਹਨਾਂ ਕੋਲ ਇੰਨਾ ਸੋਨਾ ਹੁੰਦਾ ਹੈ ਵੈਸੇ ਤਾਂ ਜ਼ਿੰਦਗੀ 'ਚ ਕਿਸੇ ਨੇ ਵੀ ਨਹੀਂ ਦੇਖਿਆ ਹੋਣਾ ਮੈਨੂੰ ਲੱਗਦਾ ਨਹੀਂ ਕਿ ਤੁਹਾਡੇ 'ਚੋਂ ਵੀ ਜਿਹੜੇ ਦੇਖ ਰਹੇ ਹੋ ਸ਼ਾਇਦ ਕਿਸੇ ਨੇ ਇੰਨਾ ਸੋਨਾ ਇਕੱਠਾ ਦੇਖਿਆ ਹੋਵੇ ਥੋੜ੍ਹਾ ਜਿਹਾ ਸੋਨਾ ਖੁਸ਼ੀ ਕੋਲ ਖੁਸ਼ੀ ਕੋਲ ਕਿਹੜਾ ਸੋਨਾ ਹੈਗਾ ਅਤੇ ਇੱਥੇ ਤਾਂ ਅੰਤ ਹੀ ਨਹੀਂ ਯਾਰ ਕੋਈ ਦੁਨੀਆ ਤੁਸੀਂ ਇਹ ਦੇਖੋ ਜਿਹੜੀਆਂ ਇਹ ਚੀਜ਼ਾਂ ਨਾ ਮਤਲਬ ਤੁਹਾਨੂੰ ਦਿਖਾ ਰਹੇ ਹਾਂ ਵੱਡੀਆਂ ਵੱਡੀਆਂ ਇਹ ਸ਼ੇਖ ਇੱਥੋਂ ਦੇ ਖਰੀਦਦੇ ਆ ਮਤਲਬ ਇਹਨਾਂ ਦੇ ਪਾਇਆ ਵਿਆਹਾਂ ਮੂੰਹਾਂ 'ਚ ਪਾਉਂਦੇ ਆ ਆਪਾਂ ਬਾਹਰੋਂ ਬਾਹਰੋਂ ਵੀਡੀਓ ਬਣਾ ਸਕਦੇ ਹਾਂ ਆਪਾਂ ਅੰਦਰ ਨਹੀਂ ਜਾ ਸਕਦੇ ਬੋਲਦੇ ਹਾਂ ਇੱਥੋਂ ਕੈਰੀ ਵੀ ਕਰ ਸਕਦੇ ਆਪਾਂ ਇੰਡੀਆ ਲੈ ਕੇ ਜਾ ਸਕਦੇ ਹਾਂ ਜੇ ਲੈ ਕੇ ਜਾਣਾ ਉਹ ਆਪਾਂ ਵਲੌਗ ਦੇ ਐਂਡ 'ਤੇ ਗੱਲਬਾਤ ਕਰਾਂਗੇ ਵੀ ਕਿਸੇ ਨਾ ਸ਼ੌਪ ਵਾਲੇ ਨੂੰ ਪੁੱਛਾਂਗੇ ਵੀ ਕਿੰਨਾ ਲੈ ਕੇ ਜਾ ਸਕਦੇ ਕਿੰਨਾ ਆਪਾਂ ਨੂੰ ਅਲਾਊਡ ਹੈਗਾ ਅਤੇ ਹੋਰ ਕੋਈ ਵਧੀਆ ਜਿਹੀ ਖੁਸ਼ੀ ਵੱਡੀ ਸਾਰੀ ਦੁਕਾਨ ਦੇਖੀ ਜਿਹਦੇ ਹੋਰ ਲੱਦਿਆ ਪਿਆ ਹੋਵੇ ਸੋਨ ਪੇਸ਼ ਹੈ ਫਿਰ ਇਹ 'ਚ ਨਾ ਕੁਛ ਸ਼ੌਪਸ ਹੈ ਜਿਹੜੀਆਂ ਵਾਈਟ ਗੋਲਡ ਦੀਆਂ ਜਿਵੇਂ ਵਾਈਟ ਗੋਲਡ ਪਿਆ ਹੈਗਾ ਪਲੈਟੀਨਮ ਪਲੈਟੀਨਮ ਗੋਲਡ ਹੁੰਦਾ ਖੁਸ਼ੀ ਇਹ ਇਹਨੂੰ ਪਲੈਟੀਨਮ ਗੋਲਡ ਕਹਿ ਦਿੰਦੇ ਆ ਆਹ ਸਾਰਾ ਕਿੰਨਾ ਯਾਰ ਚਮਕ ਕਿੰਨੀ ਹੈ ਯਾਰ ਖੁਸ਼ੀ ਹੈ ਨਾ ਅਤੇ ਇਹਦੇ ਨਾਲ ਜਿਹੜਾ ਗੋਲਡ ਸੂਕ ਹੈ ਤੇ ਵੈਸੇ 3 ਗੇਟ ਇੱਥੇ ਆਉਣ ਨੂੰ ਜਿਵੇਂ ਪੂਰੀ ਮਾਰਕੀਟ ਗੋਲਡ ਦੀ ਹੈ ਸਾਰੀ ਅਤੇ ਗੋਲਡ ਸੂਕ ਇਹਨੂੰ ਸਟੇਸ਼ਨ ਪੈਂਦਾ ਹੈਗਾ ਜਿਹੜਾ ਮੇਨ ਸਟੇਸ਼ਨ ਹੈ ਜੇ ਤੁਸੀਂ ਕਿਸੇ ਪਾਸਿਓਂ ਵੀ ਮਤਲਬ ਦੁਬਈ 'ਚੋਂ ਇੱਥੇ ਇਸ ਜਗ੍ਹਾ 'ਤੇ ਆਉਣਾ ਤਾਂ ਗੋਲਡ ਸੂਕ ਏਰੀਆ ਗੋਲਡ ਸੂਕ ਮਾਰਕੀਟ ਹੈ ਅਤੇ ਦੇਰਾ ਏਰੀਆ ਇੱਥੇ ਨਾ ਜਿੰਨੀਆਂ ਸ਼ੌਪਸ ਆ ਜ਼ਿਆਦਾਤਰ ਇੰਡੀਅਨ ਅਤੇ ਪਾਕਿਸਤਾਨੀ ਹੈ ਇਹ ਉੱਪਰ ਦੀ ਪੈਂਦਾ ਤਾਂ ਅੱਛਾ ਯਾਰ ਮੈਨੂੰ ਤਾਂ ਪਤਾ ਹਾਂ ਅੱਛਾ ਇਹ ਵੱਡੇ ਰਾਣੀ ਹਾਰ ਨੇ ਅਤੇ ਜੇ ਖੁਸ਼ੀ ਇਹਦਾ ਮੈਨੂੰ ਲੱਗਦਾ ਇੱਕ ਅੱਧਾ ਮੋਤੀ ਡਿੱਗ ਡੁੱਗ ਪਏ ਯਾਰ ਜਿਵੇਂ ਪਾਏ ਹੋਏ ਦਾ ਤਾਂ ਨੁਕਸਾਨ ਹੀ ਬਹੁਤ ਹੋ ਜਾਵੇ
सही गल अपनी तो छांप डेगी बस ऐ हिसाब ला लो बाई जी पंजाबी ने अपने हैं ते आ छांप है यार दुनिया की सब तो वड्डी छांप है कहिंदे इह मोटी है वर्ल्ड अच्छा यार अंदर जा ओए आ की कपड़े भी है यार सोने दे की नहीं मैं थानू कहया सी अच्छा कपड़े बूट ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਬਾਈ ਵਧੀਆ ਕਿੱਥੋਂ ਬਾਈ ਗੁਰਦਾਸਪੁਰੋਂ ਕਿਹੜਾ ਪਿੰਡ ਆ ਬਹਾਦਰਪੁਰ ਜੋਇਆ ਬਹਾਦਰਪੁਰ ਹੈ ਕਿੰਨਾ ਟਾਈਮ ਹੋ ਗਿਆ ਇੱਥੇ 15 ਸਾਲ ਹੋ ਗਏ ਇਸੇ ਸ਼ਾਪ ਤੇ ਅੱਛਾ ਯਾਰ ਬਾਈ ਛਾਂਪ ਇਹ ਹੀ ਹੈ ਦੁਨੀਆ ਸਭ ਤੋਂ ਵੱਡੀ ਠੀਕ ਹੈ ਦੇਖ ਸਕਦੇ ਆ ਧੰਨਵਾਦ ਬਾਈ ਥੈਂਕ ਯੂ ਲੈ ਬਾਈ ਅੰਦਰ ਆ ਗਏ ਆਪਾਂ बिगेस्ट रिंग इन दी वर्ल्ड दुनिया की सब तो वड्डी छाप ते नाल एदा वजन के वेट कितना भाई यदा अच्छा कार्ड ते लिखा है अच्छा पिछे लिखा है 21 कैरेट दी है की ते 63 किलो दी है वेट गोल्ड यूज्ड 58 किलो दी है अच्छा ग्रॉस वेट 63 किलो 58 किलो सोना लगे ते 58 किलो 40,000 दे हिसाब नाल ता बड़ा बन गया पैसे हिसाब चोई बार हो गई कहानी यार इतना सोना यार भाई ਇਹਨਾਂ ਯਾਰ ਮਾਰਕੀਟ ਐਡੀ ਵੱਡੀ ਹੈ ਮੁੱਕਣ ਦਾ ਨਾਮ ਨਹੀਂ ਲੈਂਦੀ ਇਹ ਗਲਾਸ ਹੈ ਕਿ ਬ੍ਰੈਸਲੇਟ ਹੈ ਬ੍ਰੈਸਲੇਟ ਹੋਣਾ ਗਲਾਸ ਹੈ ਆ ਅੰਦਰ ਕੀ ਬ੍ਰੈਸਲੇਟ ਗਲਾਸ ਵਰਗੇ ਪਏ ਯਾਰ ਹਨ ਸੋਨਾ ਇੰਨਾ ਪਿਆ ਨਾ ਤੇ ਡਿਜ਼ਾਈਨ ਹੈ ਟੇੜੇ ਘੈਂਟ ਵੈਸੇ ਇੰਡੀਆ ਨੇ ਜਿਵੇਂ ਤੁਹਾਨੂੰ ਇਹਦਾ ਦੱਸਾਂ ਜਿਵੇਂ 24.260 24 ਕੈਰੇਟ ਹੈ ਤੇ ਬਾਕੀ ਰੇਟ ਜਿਹੜਾ ਹੈਗਾ ਇੱਥੇ ਖੁਸ਼ੀ ਕਿੰਨੇ ਨੂੰ ਗਿਆ ਸੀਗਾ 240 ਨੂੰ 240 ਨੂੰ ਗ੍ਰਾਮ ਮਤਲਬ 2450 ਨੂੰ ਲਾ ਲਓ 2450 ਨੂੰ ਤੁਸੀਂ ਲਾ ਕੇ 20 ਨਾਲ ਗੁਣਾ ਕਰ ਲਓ ਕੀ ਰੇਟ ਪੈ ਗਿਆ 21 ਨੂੰ ਹਾਂ 21 ਨੂੰ 2450 ਨੂੰ 21 ਨਾਲ ਗੁਣਾ ਕਰ ਲਓ ਆਹ ਰੇਟ ਆ ਸੋਨੇ ਦਾ ਜੀ ਇਹ ਨਾ ਯਾਰ ਸਭ ਤੋਂ ਜਿਹੜੀ ਵਧੀਆ ਦੁਕਾਨ ਲੱਗੀ ਹੁਣ ਤੱਕ ਤੁਰ ਫਿਰ ਕੇ ਜਿਹਦੇ ਜ਼ਿਆਦਾ ਸੋਨਾ ਪਿਆ ਗੋਲਡ ਹਾਊਸ ਜਵੈਲਰੀ ਇਹ ਸਭ ਤੋਂ ਵਧੀਆ ਦੁਕਾਨ ਲੱਗੀ ਹੁਣ ਤੱਕ ਦੀ ਘੁੰਮ ਫਿਰ ਕੇ ਅੰਦਰ ਵੀ ਪੂਰੇ ਅਰਬੀ ਫਿਰਦੇ ਆ ਤੇ ਇਹ ਦੁਕਾਨ ਦੇ ਤੇ ਇਹਦੇ ਜਿਹੜਾ ਆਹ ਆਹ ਮਾਡਲ ਮੈਨੂੰ ਸਭ ਤੋਂ ਘੈਂਟ ਲੱਗਿਆ ਹੁਣ ਤੱਕ ਦਾ ਤੇ ਕਿਉਂਕਿ ਇਹ ਨਾ ਮਤਲਬ ਇਹਦੇ ਨਾਲ ਦੀ ਟੌਰ ਨਹੀਂ ਕਿਸੇ ਦੀ ਥੋੜੇ ਵਾਲ ਪਹਿਲੀ ਆਏ ਹੋਏ ਪਏ सही गल लगता क्योंकि डिजाइन है ना रंग भरे ये 22 कैरेट तो नहीं होना मैं तो ऐसा लगता भी 16 कैरेट इतने हो 16 कैरेट 24 ये देखो इन्हों की दुकान बहुत वड्डी है यार मतलब सारी बहुत वड्डी शॉप है थैंक यू एक तो ना डर लगता इन्हों तो शेखा तो यार सीधा बिना पूछे जा नहीं सकता हेलो थैंक यू सो मच I'm fine. How is it? Can we like take shots from inside? Yes. What you like? Okay. What is the price here? What is the price here? 223. 200? 23. 23. Okay. 223. Huh. Okay. Thank you. Yes. Million billions ka nadi shop ho rahi hai. Isse zyada honi. Million billions ta honi. तू तो खुशी यार सोने की भुखी हो रहना है यार हूँ 15 इन्हों की शॉप से इन्होंने अलाउड किया अपन ब्लॉगिंग करना तो जे थो अंदरों दिखावा मतलब सारिया चीज़ा गोल्ड दी है जड़ी इन्होंने बना के रखी हुई तो यह सारा सोना है वैसे ना यकीन करना औखा होंगे कि इन्ना सोना इतना पिया होगा बट भाई खुशी इन्होंने पूछी यार कि सोना पे I have one question. How much dirhams you have like gold? 1,000 kilo. 1 ton gold in your shop. Oh, God. 1 ton.
एक टन से होना पे भाई कहता मेरी दुकान ते ओह माय गॉड। जो ना किसी मतलब सुनियरे दे जाने हैं पंजाब च हाँ सही सही कीती है कुछ नहीं गल इन्ना कु सोना होंदा बस ऐदो वध सोना नहीं होंदा पर यार इन्ना सोना होना एक टन सोना होना लो एडी शॉप है एडी एडिया सारे पास दुकाना है इधर तो ना बड़ा ज्यादा चमक रहे आप आंदर इधर ब्रैसलेट पे है आ ब्रैसलेट है सारे तो इधर सामने हार आ बाकी चेन है जाऊँ जिमें ना अरब च लखते बन्न का रिवाज होंगे है इधरले पास तो मैं लगता लखते बन्न वाली चीज़ें क्या बोलते हैं। हेलो व्हाट द प्राइस टुडे प्राइस ऑफ गोल्ड 220 22k 21k ओके एंड 24k ओके यू डोंट हैव योर ज्वेलरी ओके नो इट्स नॉट गोल्ड नारंगी होइए कड़ा कड़ा पूछी कि नहीं इट्स 21k हां 22k ओके हाउ मच खुशी पूछी कड़ा कितने दा डिजाइन ही बड़ा सोना अपने दा हे जी हुंदे देख अपने आ डिजाइन बहुत सोने कड़े भाई है भाई ते इतने सोने डिजाइन है ना दे आ देख आ डिजाइन यस 13000 दा 13000 का खुशी 13 × 26 260000 का कड़ा 60000 का बड़ा वे तो हिसाब न वन एक टन से होना यार कि महंगा होगा ना योर शॉप नेम अरोमिजैन ऑलसो आई शो आउटसाइड थैंक यू सो मच तो इन्होंने भाई सानू अलाउ किया अंदर आना वैसे ना थोड़ा जहा प्राइवेट रहना पसंद करते जो शेख होंगे मतलब अपनी लाइफ में सोशली नहीं करते फेसबुक बुक भी तो फोटो बहुत घट पाते कुछ तो इन्हों की ना दुकान का नाम सेगा अल रोमाइजान आर ये शॉप का नाम है तो इन्होंने अलाउ किया सानू अंदर आना हूँ आप चलते किसी होर शॉप से खुशी एक अद्धी शॉप होर देखिए है ना तो भाई ना जो यार तुम आओगे भी मतलब एक देखने वाली चीज़ है अपने आप च जी गोल्ड मार्केट है तो इतने श्योर आयो जरूर देखियो तो वधिया एक्सपीरियंस होगा वधिया लगेगा तो जितनों भी जाने हो ना मतलब दुकाना ही दुकाना पईया तो नवी नवी चीज़ा नवा नवा मतलब डिजाइन तुहानू देखने मिलता है शायद जो फोटो खिंच के तो कॉपी भी करा सकते हो अपने तो सुनियर सारा कुछ ही बना देख जो ज्वेलर होंगे है ना आ देखो आ कि सोहना डिजाइन है आ देखो आ कि सोहना डिजाइन पे वैसे जड़िया कुड़ियाँ गर्ल्स वह ज़्यादा पसंद करनगे अज के ब्लॉग में क्योंकि उन्होंने मतलब बहुत सारे डिजाइन देखने मिल जाएंगे स्क्रीनशॉट मार मार रख लियो आ चूड़िया आ स्क्रीनशॉट मार लियो इन्होंने तो मार के करवा लियो कॉपी इतों दुबई दे क्योंकि सोने की ना पहचान ही अलग होंगी है जोड़ा इतों का गोल्ड माय गॉड हार यार कि सोहना है ऐ लगता जिम्मे ना रजवाड़े का नहीं होंगे वो कम पंजाब यार अपनी एड्डी दुकान होना सोने की बंदा रोड़ा मार के उन्हें भन के ले जाए सारा कुछ तो मतलब अपने तो कुछ भी सेफ नहीं अपने तो घर सोना सेफ नहीं है आप घर चो वो कर लें लुको लुको बैंक च रखते हैं है ना यार भी इन्ना सोना पैगा तुम देखो इतने कोई छेड़ता भी नहीं है मतलब कि सोना वैसे यूएई च ना पूरे सऊदी अरेबिया जिम्मे इतने रूल थोड़े स्ट्रिक्ट है इतने चोरी चोरी प्रति थोड़ा पता ही होना ज न्यूज पढ़े ही होना है ना भी कई बार हाथ भी कट देंदे यह कुछ चलता रहा थे ता करके डर बहुत है सेफ्टी भी एक तरह ना यार मतलब कुछ भी चोरी नहीं होंगे वैसे ना गोल्ड सूक के 3 गेट आ जो थोड़ा शुरू ही दसा इधर गेट नंबर 1 है सामने तो इस साइड मुड़ोंगे गेट नंबर 2 आ तो गेट नंबर 3 आ ये बार भी थोनू मतलब शॉप्स है जिहड़ियां गोल्ड दियां मिल जाणगियां जिहड़ियां इधर सारिया दुकाना ये भी गोल्ड दियां मतलब गोल्ड ही गोल्ड पे इत्थे
ਤੇ ਵੈਸੇ ਤਾਂ ਬਾਜ਼ਾਰ ਹੈ ਮਾਰਕੀਟ ਹੈ ਪੂਰੀ ਪਰ ਜਿਹੜਾ ਮੇਨ ਬਾਜ਼ਾਰ ਹੈ ਜਿੱਥੇ ਤੁਹਾਨੂੰ ਵੱਡੀਆਂ ਦੁਕਾਨਾਂ ਜੇ ਤੁਸੀਂ ਇੱਥੇ ਆ ਕੇ ਦੇਖਣੀਆਂ ਜਾਂ ਸੋਨਾ ਖਰੀਦਣਾ ਤਾਂ ਜਿਹੜੀ ਆਹ ਚੀਜ਼ ਬਣੀ ਹੋਈ ਹੈ ਬਿਲਡਿੰਗ ਜੀ ਲੱਕੜ ਦੀ ਹੈ ਇਹ ਬਹੁਤ ਪੁਰਾਣੀ ਹੈ ਤੇ ਇਹਦੇ ਅੰਦਰ ਹੀ ਮਤਲਬ ਗੋਲਡ ਮਿਲਦਾ ਹੈਗਾ ਜਿਹੜਾ ਇੱਥੇ ਸੋਨਾ ਹੈ ਨਾ ਆਮ ਤੌਰ 'ਤੇ ਤਿੰਨ ਤਰ੍ਹਾਂ ਦਾ ਮਿਲਦਾ ਹੈ ਇੱਕ 18 ਕੈਰੇਟ ਹੈ ਨਾ 21 ਇੱਕ 22 18 22 24 ਜਿਹੜਾ 24 ਕੈਰੇਟ ਹੈਗਾ ਉਹ ਮਤਲਬ ਪੂਰਾ ਖਰਾ ਸੋਨਾ ਹੁੰਦਾ ਹੈਗਾ ਉਹਨੂੰ ਤੁਸੀਂ ਇੰਡੀਆ ਜਾ ਕੇ ਬਣਵਾ ਸਕਦੇ ਹੋ ਮੈਂ ਮਤਲਬ ਲੀਗਲੀ ਕਹਿ ਨਹੀਂ ਰਿਹਾ ਤੁਸੀਂ ਵੀ ਲੈ ਕੇ ਜਾਓ ਇੱਥੋਂ ਬਣਵਾਓ ਬਟ ਇੱਥੋਂ ਸ਼ੌਪ ਵਾਲਿਆਂ ਨੇ ਦੱਸਿਆ ਸਾਨੂੰ ਮਤਲਬ 24 ਕੈਰੇਟ ਹੁੰਦਾ ਜਿਹੜਾ ਉਹਦੇ ਬਿਸਕਿਟ ਆਉਂਦੇ ਆ ਅਤੇ ਅਸੀਂ ਕਿਤੇ ਸ਼ੌਪ 'ਤੇ ਜਾਂਦੇ ਹਾਂ ਸ਼ਾਇਦ ਤੁਹਾਨੂੰ ਬਿਸਕਿਟ ਵੀ ਦਿਖਾ ਦਈਏ ਬਿਸਕਿਟ ਕਿਹੋ ਜਿਹਾ ਹੁੰਦਾ ਸੋਨੇ ਦਾ ਅਤੇ ਜਿਵੇਂ 10 ਗ੍ਰਾਮ ਦਾ ਬਿਸਕਿਟ ਮਿਲ ਜਾਂਦਾ ਹੈਗਾ ਅਤੇ ਇਹਨਾਂ ਦੇ ਸੁਣਿਆ ਵੀ ਬਿਸਕੁਟ ਇਹਨਾਂ ਦੇ ਦੇਖਣ ਨੂੰ ਮਿਲ ਜੂਗਾ ਅਲਫਾ ਜਵੈਲਰੀ ਗੋਲਡ ਸਮਿਥ ਇਹ ਕਰਕੇ ਆਹ ਦੇਖੋ ਆਹ ਸਾਹਮਣੇ ਲਾਏ ਹੋਏ ਇਹਨਾਂ ਨੇ ਬਿਸਕੁਟ ਵਗੈਰਾ ਸਾਰੇ ਲੱਗੇ ਹੋਏ ਆ ਅਤੇ ਅੰਦਰ ਜਾ ਕੇ ਇਹਨਾਂ ਦੇ ਦੇਖਦੇ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਅੱਛਾ ਇੰਡੀਅਨ ਹੋ ਹੈ ਮੈਂ ਘਰ ਦੀ ਗੱਲ ਨਿਕਲੀ ਵੀ ਇਹ ਤਾਂ ਦਿਖਾਉਣਗੇ ਅੱਛਾ 10 ਤੋਲੇ ਦਾ ਇਹ ਹੁੰਦਾ ਬਾਈ ਬਿਸਕੁਟ ਉਹ ਭਾਰਾ ਵਾਲਾ ਯਾਰ ਇਹਦਾ ਹੈਵੀ ਬਹੁਤ ਆ ਯਾਰ ਬਾਈ ਸੋਨੇ ਦਾ ਤਾਂ ਡੈਡ ਜੀ ਸੀ ਆਈ ਰਹੇ ਸੋਨੇ ਦਾ ओरिजिनल है जी ओरिजिनल है यार यकीन जा नहीं होता भाई भी ओरिजिनल है आ ये लिखा है 900 अच्छा ये दुबई का है ये स्विट्जरलैंड का है ये कॉस्टली है यहाँ कितना कितने में पड़ता है सोना 240 रुपए एक ग्राम का अच्छा ग्राम हाँ तो कितने का पड़ा है इंडिया के हिसाब से इंडिया का का कितना फर्क है 12% जो ड्यूटी लगता है ना वही फर्क है अच्छा ठीक है वही फर्क है वही बाकी तो लंदन का रेट चलता है सब जगह हाँ दुनिया में हर जगह लंदन ही रेट खुलता है ये यूएई का है अच्छा यहाँ से इससे कितना उधर अगर इसको बनाए इसका ज्वेलरी उधर कितना बन जाएगा इसमें से 100% है 22 कैरेट बोले तो 92% होता है 22 कैरेट का अच्छा 22 कैरेट का 22 कैरेट में 92% होता है इसका कितना बन जाएगा मतलब इसका ज्यादा होगा वहाँ हाँ वो तो ज्यादा होगा ना ये देखो 100 ग्राम का 90 नहीं मुझे तोले में बताओ जैसे ये 10 तोला है तो उधर कितना होगा यो सब्सक्राइबर बाद में पूछेंगे ना मुझे कमेंट करके कि कितना बनता है भाई ये 121 ग्राम 370 मिलीग्राम भाई दो तोले बढ़ गया इंडिया से जाके अपने दो तोले बाजू वैसे 4000 रुपये तो वैसे ही सस्ता है इंडिया से 3-4000 रुपये तो दो तोले बाजूगा मतलब 1.5 लाख रुपए का फर्क पै जाएगा 1.5 लाख रुपए का फर्क बाजू जो आ ले जाऊंगे संभालो इसे दादा बहुत महंगा यार ਬਿਸਕੁਟ ਦੇ ਕੇ ਬਈ ਹੈਰਾਨ ਰਹਿ ਗਏ ਯਾਰ ਵੈਸੇ ਨਾ ਬਿਸਕੁਟ ਖਾਣ ਵਾਲੀ ਚੀਜ਼ ਹੁੰਦੀ ਹੈ ਚਾਹ ਨਾਲ ਅਤੇ ਇਹ ਕੁੜੀ ਸੋਨੇ ਦਾ ਖਾਣ ਨੂੰ ਫਿਰਦੀ ਬਿਸਕੁਟ ਮੈਂ ਕਿਹਾ ਮਸਾਂ ਬਚ ਚੁੱਕੇ ਆਏ ਹਾਂ ਅਤੇ ਹੁਣ ਅਸੀਂ ਆ ਗਏ ਬਾਜ਼ਾਰ 'ਚ ਅਤੇ ਬਹੁਤ ਸਾਰੀਆਂ ਨਾਲ ਦੁਕਾਨਾਂ ਵੀ ਹੈ ਅਤੇ ਖੁਸ਼ੀ ਨੇ ਹੁਣ ਕਰਨੀ ਆ ਸ਼ੋਪਿੰਗ ਇੱਥੋਂ ਬਾਜ਼ਾਰ 'ਚ ਕੁਛ ਨਹੀਂ ਲੈਣਾ ਕਿਉਂਕਿ ਅੱਜ ਮੈਂ ਉਹ ਕਹਿੰਦੇ ਨੇ ਹੁੰਦਾ ਲਹੂ ਮੂੰਹ ਲੱਗ ਗਿਆ ਲਹੂ ਮੂੰਹ ਲੱਗ ਗਿਆ ਅਤੇ ਹੁਣ ਬਾਜ਼ਾਰ 'ਚੋਂ ਕੁਛ ਲੈਂਦੇ ਹਾਂ ਕਿਉਂਕਿ ਕੁਛ ਸਾਡਾ ਆਉਣ ਦਾ ਵੀ ਟਾਈਮ ਹੈ ਇੰਡੀਆ ਅਤੇ ਤੁਹਾਨੂੰ ਅੱਜ ਦਾ ਸਾਡਾ ਬਲੌਗ ਚੰਗਾ ਲੱਗਿਆ शेयर करो ते और चैनल नु कर लियो सब्सक्राइब कुछ दे कहते नहीं कोई काम कर लो मेरे कहने पे भी कर लियो तो ऐ ही है तनु देखने नु मिलनी है साडे चैनल दे ऊपर हमेशा ही तरह नवे ब्लॉग्स मिलांगे आपा हुन नवी जगह तो आपा लेने इजाजत क्योंकि कुछ नहीं करनी शॉपिंग गुड बाय क्लास हो गया बस खाली वाली कर दो क्लास बाय बाय।